ਸੋ ਪੰਜ ਪਾਣੀਆਂ ਦੀਆਂ ਖਬਰਾਂ ਦੇ ਵਿੱਚ ਜਸਵੀਰ ਸਿੰਘ ਜੀ ਤੁਹਾਨੂੰ ਜੁਆਇਨ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਸਵੀਰ ਸਿੰਘ ਜੀ। ਲਖੀਮਪੁਰ ਖੇੜੀ ਦੇ ਵਿੱਚ ਪਿਛਲੇ ਦਿਨਾਂ 'ਚ ਜੋ ਅਕਤੂਬਰ ਦੇ ਸ਼ੁਰੂ 'ਚ ਕਤਲੇਆਮ ਹੋਇਆ ਸੀ ਸਿੱਖ ਨੌਜਵਾਨਾਂ ਦਾ, ਉਸ ਦੇ ਵਿੱਚ ਅਰੈਸਟ ਕਰਾਉਣ ਦੇ ਲਈ ਜਿਹੜੇ ਦੋਸ਼ੀ ਸੀ, ਜਿਨ੍ਹਾਂ ਦੇ ਉੱਤੇ ਦੋਸ਼ ਲੱਗ ਰਿਹਾ ਸੀ, ਜਾਂ ਐਕਚੁਅਲ ਦੇ ਵਿੱਚ ਵੀ ਜਿਹੜੇ ਦੋਸ਼ੀ ਨੇ, ਪੂਰਾ ਤਾਣ ਲਾਉਣਾ ਪੈ ਗਿਆ ਸੋਸ਼ਲ ਮੀਡੀਆ ਦੇ ਉੱਤੇ, ਅਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਵੀ ਹੱਲਾ ਗੁੱਲਾ ਥੋੜਾ ਬਹੁਤ ਕਰਿਆ, ਤੇ ਫਿਰ ਕਿਤੇ ਜਾ ਕੇ ਉੱਥੇ ਮਨਿਸਟਰ ਦਾ ਬੱਚਾ ਜਿਹੜਾ ਉਹਨੂੰ ਅਰੈਸਟ ਕੀਤਾ ਗਿਆ, ਤੇ ਹੁਣ ਦੋ ਨੌਜਵਾਨ ਉਹਨਾਂ ਨੇ ਅਰੈਸਟ ਕੀਤੇ ਨੇ, ਸਿੱਖ ਨੌਜਵਾਨ। ਸੋ ਇਹਨਾਂ ਦੀ ਅਰੈਸਟ ਉਹਨਾਂ ਨੇ ਬੜੇ ਚੁੱਪ ਚਪੀਤੇ ਕਰ ਲਈ, ਨਾ ਕੋਈ ਬੀਜੇਪੀ ਵਾਲਿਆਂ ਨੂੰ ਧਰਨਾ ਲਾਉਣਾ ਪਿਆ, ਅਤੇ ਨਾ ਹੀ ਕੋਈ ਜ਼ਿਆਦਾ ਮੀਡੀਆ ਨੂੰ ਹਾਈਪ ਬਣਾਉਣੀ ਪਈ ਇਸ ਤੇ। ਜੀ ਬਿਲਕੁਲ, ਜੋ ਇੱਥੇ ਹੋ ਰਿਹਾ ਇੰਡੀਆ ਦੇ ਵਿੱਚ ਕਿਸਾਨੀ ਸੰਘਰਸ਼ ਤੋਂ ਬਾਅਦ ਲਗਾਤਾਰ, ਅਤੇ ਖਾਸ ਕਰਕੇ ਜਿਹੜਾ ਰਵੱਈਆ ਫੋਰਸਾਂ ਦਾ, ਸਰਕਾਰਾਂ ਦਾ, ਉਹ ਸਿੱਖਾਂ ਪ੍ਰਤੀ ਹੈ ਇਸ ਸੰਘਰਸ਼ ਦੇ ਵਿੱਚ। ਬੇਸ਼ੱਕ ਕਿਸਾਨ ਲੀਡਰ ਵੀ ਕਹਿੰਦੇ ਆ ਔਰ ਸਿੱਖ ਆਗੂ ਵੀ ਕਹਿੰਦੇ ਆ ਵੀ ਇਹ ਕੋਈ ਧਰਮ ਦਾ ਮੋਰਚਾ ਨਹੀਂ ਗਾ, ਪਰ ਇਹ ਸਪਸ਼ਟ ਹੋ ਜਾਂਦਾ ਵੀ ਜਿਹੜੀ ਲਖੀਮਪੁਰ ਖੀਰੀ ਦੀ ਘਟਨਾ ਸੀ, ਜਿੱਥੇ ਸ਼ਰੇਆਮ ਜਿਹੜਾ ਕਿ ਉਹ ਹੌਲੀ ਹੌਲੀ ਝੰਡੀਆਂ ਚੁੱਕ ਕੇ ਆਪਦੇ ਵਾਪਸੀ ਜਾਂਦੇ ਕਿਸਾਨਾਂ ਨੂੰ ਸੰਘੀਆਂ ਦੀ ਗੱਡੀ ਨੇ, ਬੀਜੇਪੀ ਦੇ ਜਿਹੜੇ ਕਿ ਵਾਹਨਾਂ ਨੇ ਬੁਰੇ ਤਰੀਕੇ ਦੇ ਨਾਲ ਕੁਚਲਿਆ, ਔਰ ਉਹ ਗਿਣੀ ਮਿੱਥੀ ਸਾਜਿਸ਼ ਦੇ ਨਾਲ ਕੁਚਲਿਆ, ਮਿੱਥ ਕੇ ਕੁਚਲਿਆ ਵੀ ਆਹ ਬੰਦੇ ਜਾਂਦੇ ਇਹਨਾਂ ਦੇ ਉੱਤੇ ਗੱਡੀ ਚੜ੍ਹਾ ਦਿਓ ਅਤੇ ਬਸ ਰੁਕਿਓ ਨਾ, ਜਿੰਨੇ ਮਰਦੇ ਮਰਨ ਦਿਓ। ਉਹ ਵੀਡੀਓ ਸਪਸ਼ਟ ਹੋ ਗਈਆਂ, ਜੇ ਕਿਤੇ ਨਾ ਆਉਂਦੀਆਂ ਤਾਂ ਸ਼ਾਇਦ ਭੁਲੇਖਾ ਇਹ ਪਾਉਣ 'ਚ ਕਾਮਯਾਬ ਹੋ ਜਾਂਦੇ, ਹੈ ਨਾ। ਅਤੇ ਉਦੋਂ ਬਾਅਦ ਜਿਹੜਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈਗੀ ਹੈ, ਪਿਛਲੇ ਦਿਨੀ ਮੈਨੂੰ ਪੂਰਾ ਨਹੀਂ ਧਿਆਨ 'ਚ, ਨਵਕਿਰਨ ਸਿੰਘ ਵਕੀਲ ਆ ਜਿਹੜੇ ਸਿੱਖ ਵਕੀਲ ਆ, ਸੀਨੀਅਰ, ਬਹੁਤ ਸਾਰੇ ਸਿੱਖ ਵੱਡੇ ਕੇਸ ਜਿਹੜੇ ਉਹ ਦੇਖਦੇ ਰਹੇ ਆ, ਉਹਨਾਂ ਦੀ ਜਿਹੜੀ ਕਾਨੂੰਨ ਨੂੰ ਹਵਾਲਾ ਦੇ ਕੇ, ਇੱਕ ਭਾਰਤੀ ਕਾਨੂੰਨ ਦਾ ਹਵਾਲਾ ਦੇ ਕੇ ਉਹਨਾਂ ਨੇ ਗੱਲਬਾਤ ਕੀਤੀ ਸੀ ਵੀ ਜਿਹੜਾ ਇੱਕੇਦਮ ਕੋਈ ਘਟਨਾ ਵਾਪਰਦੀ ਹੈ, ਮੰਨ ਲਓ ਤੁਸੀਂ ਕਿਤੇ ਜਾ ਰਹੇ ਹੋ, ਤੁਹਾਡੇ ਪਰਿਵਾਰਕ ਮੈਂਬਰ, ਤੁਹਾਡੇ ਸਾਥੀ ਤੇ, ਤੁਹਾਡੇ ਮਿੱਤਰ ਤੇ, ਜਿਹੜਾ ਵੀ ਤੁਹਾਡੇ ਕੋਲ ਖਲੋਤਾ, ਕੋਈ ਹਮਲਾ ਜਾਂ ਕੋਈ ਇੰਸੀਡੈਂਟ ਹੁੰਦਾ, ਹਾਂਜੀ, ਕੋਈ ਮੰਨ ਲਓ ਜਿੱਦਾਂ ਦੋ ਬੰਦੇ ਅਸੀਂ ਆ ਰਹੇ, ਪੰਜ ਸੱਤ ਜਣੇ, ਪਿੱਛੋਂ ਕੋਈ ਲਿਆ ਕੇ ਇੱਕੇਦਮ ਗੱਡੀ ਮੇਰੇ ਨਾਲ ਤੁਰਨ ਵਾਲਿਆਂ 'ਤੇ ਚੜ੍ਹਾ ਦਿੰਦਾ, ਤਾਂ ਮੇਰਾ ਫਸਟ ਰਿਐਕਸ਼ਨ ਕੀ ਹੋਊਗਾ ਕਿ ਮੈਂ ਥਾਣੇ ਜਾਊਂਗਾ ਪਹਿਲਾਂ, ਵੀ ਉਹਨਾਂ ਨੂੰ ਫਿਰ ਵੇਖਾਂਗੇ। ਸਭ ਤੋਂ ਪਹਿਲਾਂ ਮੇਰੇ ਇਹੀ ਹੋਊਗਾ, ਮੈਂ ਫੜੂੰਗਾ ਬੰਦੇ ਕਿਹੜੇ ਆ ਇਹ, ਹੈ ਨਾ, ਮੈਂ ਉਹ ਉਹਨਾਂ 'ਤੇ ਉਂਡੂ ਬਚਾਅ ਦੇ ਵਿੱਚ ਵੀ ਉਹ ਹੋਰ ਨੁਕਸਾਨ ਹੋ ਗਿਆ, ਉਹਨਾਂ 'ਤੇ ਹਮਲਾ ਵੀ ਕਰ ਸਕਦਾ, ਮੈਂ ਉਹਨਾਂ ਨੂੰ ਮਾਰ ਵੀ ਸਕਦਾ, ਮੈਂ ਉਹਨਾਂ 'ਤੇ ਇਸ ਤਰ੍ਹਾਂ, ਕਿਉਂਕਿ ਕੁਛ ਵੀ ਜਿਹੜਾ ਕੁਛ ਜਿੰਨਾ ਕੁ ਮੇਰਾ ਵੱਸ ਚੱਲੂਗਾ। ਇਹ ਹੁੰਦਾ ਵੀ ਇਸ ਤਰ੍ਹਾਂ, ਜਦੋਂ ਵੀ ਅਸੀਂ, ਸਾਡੀ ਨਾਲ ਜ਼ਿੰਦਗੀ 'ਚ ਕੋਈ ਘਟਨਾ ਘਟਦੀ ਹੈ, ਤਾਂ ਸਭ ਤੋਂ ਪਹਿਲਾਂ ਬਚਾਉਣ ਦੇ ਵਾਸਤੇ ਆਪਦਾ ਜਿਹੜਾ ਮੌਕੇ ਦੇ ਹਾਲਾਤ ਹੁੰਦੇ ਫਸਟ, ਉਹ ਉਹੀ ਕਰਦੇ ਹਾਂ, ਤਾਂ ਉਹੀ ਉੱਥੇ ਹੋਇਆ, ਤਾਂ ਇਹ ਤਾਂ ਕਾਨੂੰਨ ਵੀ ਇਹ ਪੱਖ ਨੂੰ ਮੰਨਦਾ। ਤਾਂ ਜੋ ਲਖੀਮਪੁਰ 'ਚ ਹੋਇਆ, ਵੀਡੀਓ ਸਾਹਮਣੇ ਆ ਗਈਆਂ, ਉਹ ਗੱਡੀਆਂ ਆਉਂਦੀਆਂ ਸੀ, ਕਿਸੇ ਨੇ ਗੱਡੀਆਂ 'ਤੇ ਹਮਲਾ ਨਹੀਂ ਕੀਤਾ, ਨਾ ਕੋਈ ਮਿੱਥ ਕੇ ਕੀਤਾ, ਨਾ ਕੋਈ ਗਿਆ ਵੀ ਉਹ ਗੱਡੀਆਂ ਆ ਗਈਆਂ ਵੀ ਸਿੱਟ ਲਓ, ਨਾ ਉਹ ਤਾਂ ਮੂੰਹ ਧਿਆਨ ਦੇ ਚਲੇ ਜਾਂਦੇ। ਪ੍ਰੋਵੋਕੇਸ਼ਨ ਨਹੀਂ ਹੋਈ, ਭੜਕਾਇਆ ਨਹੀਂ ਗਿਆ, ਉਹਨਾਂ ਨੂੰ ਕੋਈ ਸਡਨ ਐਸਾ ਅਟੈਕ ਨਹੀਂ ਉਹਨਾਂ ਦੇ ਉੱਤੇ ਕੀਤਾ ਗਿਆ ਕਿ ਉਹ ਮੋੜਵਾਂ ਹਮਲਾ ਕਰਨ, ਕੁਛ ਵੀ ਨਹੀਂ। ਸਹੀ, ਉਹ ਤਾਂ ਸਹੀ ਬੇਧਿਆਨ ਨਹੀਂ ਜਾ ਰਹੇ, ਪਿੱਛੋਂ ਗੱਡੀਆਂ ਆ ਕੇ ਪੂਰੀ ਤੇਜ਼ ਗਤੀ ਦੇ ਵਿੱਚ ਉੱਤੇ ਚੜ੍ਹ ਗਈਆਂ, ਉਹ ਕਿੰਨੇ ਕੁਚਲੇ ਗਏ, ਕਿੰਨੇ ਨਹੀਂ ਕੁਚਲੇ ਗਏ, ਇਹ ਲਾ ਲਓ ਵੀ ਕੁਦਰਤੀ ਤੌਰ 'ਤੇ ਜਾ ਕੇ, ਕਿਉਂਕਿ ਰਸ਼ ਕਾਫੀ ਜ਼ਿਆਦਾ ਸੀ ਕਿਸਾਨਾਂ ਦਾ, ਉਹ ਗੱਡੀਆਂ ਨੂੰ ਅੱਗੇ ਜਾ ਕੇ ਜਿਹੜਾ ਕਿ ਜਿੰਨਾ ਵੀ ਹਾਲਾਤਾਂ ਦੇ ਵਿੱਚ ਰੁਕਣਾ ਪਿਆ, ਅਤੇ ਫਿਰ ਉੱਥੇ ਜਿਹੜਾ ਹੈਗਾ ਉਹ ਕਿਸਾਨਾਂ ਦੇ ਜਿਹੜੇ ਗੁੱਸੇ ਦਾ ਸ਼ਿਕਾਰ ਜਿਹੜਾ ਸੀਗਾ ਉੱਥੇ ਹੋਇਆ, ਤਾਂ ਉਹ ਜਿਹੜੇ ਭਾਜਪਾ ਹੀ ਮਰੇ ਆ ਉੱਥੇ, ਉਹਨਾਂ ਦੇ ਜਿਹੜਾ ਕਿ ਕਤਲ ਦੇ ਮਾਮਲੇ 'ਚ, ਭਾਵ ਕਿ ਕਾਤਲਾਂ ਨੂੰ ਕਤਲ ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਦੋ ਸਿੱਖ ਨੌਜਵਾਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਆ। ਔਰ ਇਹ ਇੱਕ ਜਿਹੜੀ ਗੱਲ ਹੋਰ ਅਹਿਮ ਜੀ ਜਾਪਦੀ ਹੈ, ਉਹ ਇਹ ਹੈ ਅਤੇ ਜਿਹੜਾ ਜਿਸ ਦਿਨ ਘਟਨਾ ਹੋਈ, ਉਸ ਦਿਨ ਜਿਸ ਸਿੱਖ ਨੌਜਵਾਨ ਨੇ ਸੰਤ ਜਰਨੈਲ ਸਿੰਘ ਜੀ ਵਾਲੀ ਟੀ ਸ਼ਰਟ ਪਹਿਨੀ ਹੋਈ ਸੀ, ਜਿਹਨੂੰ ਭਾਰਤੀ ਮੀਡੀਆ ਉਦਮ ਤੋਂ ਹੀ ਜ਼ੂਮ ਕਰ ਕਰਕੇ ਸਪੈਸ਼ਲ ਚੁੱਕ ਚੁੱਕ ਕੇ ਦਿਖਾ ਰਿਹਾ, ਸੰਤ ਜਰਨੈਲ ਸਿੰਘ ਜੀ ਸਿੱਖ ਨੌਜਵਾਨਾਂ ਦੇ ਦਿਲਾਂ 'ਚ ਵੱਸਦੇ ਆ, ਜਿਹੜੀ ਖੱਬੇ ਪਾਸੇ ਤਸਵੀਰ ਹੈ ਸਕਰੀਨ ਦੇ ਉੱਤੇ, ਉਹ ਜਿਹੜਾ ਸਿਰ ਦੇ ਉੱਤੇ ਕਾਲਾ ਸਾਫਾ ਬੰਨਿਆ, ਇਹ ਦੋਨੇ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ। ਗੁਰਵਿੰਦਰ ਸਿੰਘ, ਬਚਿੱਤਰ, ਹਾਂ ਇਹ ਗੁਰਵਿੰਦਰ ਸਿੰਘ ਹੈ ਜੀ, ਬਚਿੱਤਰ ਸਿੰਘ 24 ਸਾਲ ਔਰ ਗੁਰਵਿੰਦਰ ਸਿੰਘ 32 ਸਾਲ ਉਮਰ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਸੰਤ ਜੀ ਵਾਲੀ ਟੀ ਸ਼ਰਟ ਪਾਈ ਹੈ। ਮੀਡੀਆ ਉਦਣ ਦਾ ਹੀ ਇਸ ਤਰ੍ਹਾਂ ਦਿਖਾ ਰਿਹਾ ਸੀਗਾ ਵੀ ਇੱਕ ਕੌਮ ਦਾ ਜਿਹੜਾ ਸੰਤ ਆ ਉਹਨੂੰ ਅੱਤਵਾਦੀ ਕਹਿ ਰਿਹਾ ਸੀਗਾ, ਜਿਹੜਾ ਇੱਕ ਅਜਿਹੀ ਕੌਮ ਜਿਹਦੀ ਇੱਕ ਬੜੀ ਵੱਖਰੀ ਪਛਾਣ ਆ, ਜਿਹੜੀ ਆਪਣੇ ਸਿਧਾਂਤਾਂ ਕਰਕੇ, ਆਪਣੀ ਕੌਮੀਅਤ ਕਰਕੇ ਉਹ ਜਾਣੀ ਜਾਂਦੀ ਆ, ਉਹ ਐਂ ਕਰੇ ਵੀ ਵੇਖੋ ਜੀ ਇਹ ਬੰਦੇ ਇਹ ਹੈਗੇ ਆ, ਇਹ ਅੱਤਵਾਦੀ ਆ ਜੀ, ਇਹ ਖਾਲਿਸਤਾਨੀ ਆ ਜੀ, ਇਹ ਪਾਕਿਸਤਾਨੀ ਆ ਜੀ, ਇਹ ਉਹਨਾਂ ਦੇ ਬੰਦੇ ਆ, ਤਾਂ ਇੱਦਾਂ ਇਹ ਮਤਲਬ ਉਹਨਾਂ ਨੇ ਗਰਾਊਂਡ ਉਦੋਂ ਤੋਂ ਹੀ ਤਿਆਰ ਕਰਤਾ ਸੀਗਾ। ਤਾਂ ਪੁਲਿਸ ਨੂੰ ਗ੍ਰਿਫਤਾਰੀ ਕਰਨ ਦੇ ਵਿੱਚ, ਜਿੱਦਾਂ ਤੁਸੀਂ ਵੀ ਸ਼ੁਰੂ 'ਚ ਕੀਤਾ ਪਿਆ, ਇਹਨਾਂ ਨੂੰ ਫੜਨ ਦੇ ਵਾਸਤੇ ਨਾ ਤਾਂ ਬੀਜੇਪੀ ਵਾਲਿਆਂ ਨੇ ਧਰਨੇ ਦਿੱਤੇ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਮੁਲਕ ਆ, ਉਹਨਾਂ ਦਾ ਕਾਨੂੰਨ ਆ, ਉਹਨਾਂ ਦੀਆਂ ਫੋਰਸਾਂ, ਤੁਸੀਂ ਜਿੰਨੇ ਮਰਜ਼ੀ ਲਾ ਲਓ ਧਰਨੇ, 4 ਬੰਦੇ ਉੱਥੇ ਸਿੱਖ ਜਿਹੜੇ ਕਿਸਾਨ ਜਿਹੜੇ ਸ਼ਹੀਦ ਹੋਏ ਆ, ਉਹਨਾਂ ਦੇ ਫੁੱਲ ਲੈ ਕੇ ਹੁਣ ਸਾਰੇ ਮੁਲਕ 'ਚ ਗੇੜੇ ਕੱਢੀ ਜਾਂਦੇ ਸਾਡੇ ਲੀਡਰ, ਠੀਕ ਹੈ, ਸਤਿਕਾਰ ਹੈ, ਸਾਰਾ ਕੁਛ ਕਰ ਰਹੇ, ਪਰ
ਅਸਲ ਜਿਹੜਾ ਕੰਮ ਕਰਨਾ ਸੀ ਉੱਧਰ ਨੂੰ ਅਸੀਂ ਕਿੰਨਾ ਕੁ ਕਾਮਯਾਬ ਹੋਏ ਹਾਂ। ਇੱਥੇ ਕਰਤਾ ਅਸੀਂ ਜਿਹੜੀਆਂ ਉਹਨਾਂ ਦੀਆਂ ਅਸਥੀਆਂ ਹੈਗੀਆਂ, ਠੀਕ ਆ, ਉਹ ਉੱਥੇ ਜਾ ਕੇ ਧਾਰਮਿਕ ਸਥਾਨ 'ਤੇ ਉਹ ਜਲ ਪ੍ਰਵਾਹ ਕਰ ਦੇਣਗੇ ਉਹਨਾਂ ਨੂੰ, ਅਤੇ ਪਰ ਜਿਹੜਾ ਅਸਲੀ ਕੰਮ ਕਰਨਾ ਸੀ ਵੀ ਜਿਹੜੀ ਜੰਗ ਸਾਡੀ ਉਹ ਕਿੱਥੇ ਕੁ ਪਹੁੰਚੀ ਹੈ, ਕੀ ਅਸਤੀਫਾ ਦਿੱਤਾ ਅਜੇ ਮਿਸ਼ਰਾ ਨੇ, ਕੀ ਜਿਹੜੇ ਉਸ ਵਕਤ ਮੂਕ ਦਰਸ਼ਕ ਬਣ ਕੇ ਪੁਲਿਸੀਏ ਦੇਖ ਰਹੇ ਸੀ ਜਾਂ ਕੁਛ ਹੋਰ ਸਰਕਾਰੀ ਤੰਤਰ ਦੇਖ ਰਿਹਾ ਸੀ, ਉਹਨਾਂ ਦੇ ਉੱਤੇ ਕੀ ਐਕਸ਼ਨ ਹੋਇਆ, ਕਿਹੜੇ ਕਿਹੜੇ ਜੱਜ ਦੀ ਇਹ ਇਨਕੁਆਇਰੀ ਲਾਉਣਾ ਚਾਹੁੰਦੇ ਆ, ਔਰ ਉਹ ਜੱਜ ਕੀ ਕਰੂਗਾ ਤੁਹਾਡੇ ਹੱਕ 'ਚ ਇਨਕੁਆਇਰੀ, ਉਹ ਕਹੂਗਾ ਵੀ ਇਹ ਸੰਤ ਜਰਨੈਲ ਸਿੰਘ ਵਾਲੀ ਟੀ ਸ਼ਰਟ ਪਾ ਲਈ, ਕੌਮ ਦਾ ਸੰਤ ਹੈ, ਤੁਸੀਂ ਉਹਨੂੰ ਇੱਦਾਂ ਹਊਆ ਬਣਾ ਕੇ ਪੇਸ਼ ਕੀਤਾ, ਔਰ ਅੱਜ ਇਹਨਾਂ ਦੋ ਬੰਦਿਆਂ ਦੀ ਗ੍ਰਿਫਤਾਰੀ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਇਸੇ ਗੋਦੀ ਮੀਡੀਆ ਦਾ। ਜੀ ਜੀ ਬਿਲਕੁਲ, ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਉਹ ਵੀ ਬਹੁਤ ਅਹਿਮ ਆ ਕਿ ਮੰਨ ਲਓ ਉਹ ਇਹਦੇ ਵਿੱਚ ਉਹਨਾਂ ਨੇ ਰਿਐਕਸ਼ਨ ਵੀ ਕੀਤਾ ਉਹਨਾਂ ਨੌਜਵਾਨਾਂ ਨੇ, ਵੈਸੇ ਤਾਂ ਹਾਲੇ ਕਲੀਅਰ ਨਹੀਂ ਹੋਇਆ ਕਿ ਉਹਨਾਂ ਨੇ ਹੀ ਜਿਹੜਾ ਡਰਾਈਵਰ ਆ ਅਤੇ ਜਿਹੜੇ ਬੀਜੇਪੀ ਦੇ ਵਰਕਰਸ ਨੇ ਉਹਨਾਂ ਦੇ ਉੱਤੇ ਵਾਰ ਕੀਤਾ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਿਹਦੇ ਨਾਲ ਉਹਨਾਂ ਦੀ ਡੈਥ ਹੋਈ ਹੈ, ਇਹਦਾ ਅਜੇ ਕਲੀਅਰ ਨਹੀਂ ਹੋਇਆ, ਪਰ ਫੋਰ ਦਾ ਟਾਈਮ ਬੀਂਗ ਅਸੀਂ ਮੰਨ ਹੀ ਲਈਏ ਕਿ ਇਹਨਾਂ ਦੇ ਕੋਲੋਂ ਹੀ ਹੋਇਆ ਹੈ। ਫਿਰ ਵੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਜਸਵੀਰ ਸਿੰਘ ਜੀ ਉਹ ਬਹੁਤ ਅਹਿਮ ਆ ਕਿ ਜਦੋਂ ਤੁਸੀਂ ਕਿਸੇ ਨੂੰ ਸਡਨ ਗਰੀਵ ਦਿਓਗੇ, ਕਿਸੇ ਨੂੰ ਇੱਕ ਇੱਕੋ ਦਮ ਕਿਸੇ ਨੂੰ ਦੁੱਖ ਦਿਓਗੇ, ਤੁਸੀਂ ਕਿਸੇ ਨੂੰ ਗਾਲ ਹੀ ਕੱਢ ਦਿੰਦੇ ਹੋ ਇੱਕਦਮ ਕਿ ਬੰਦਾ ਉਹ ਰਿਐਕਸ਼ਨ ਕਰਦਾ, ਤੁਸੀਂ ਉਹਨੂੰ ਪ੍ਰੋਵੋਕੇਸ਼ਨ ਉਹਦੇ ਵਿੱਚ ਜਦੋਂ ਲਿਆਉਂਦੇ ਹੋ ਤੇ ਬੰਦੇ ਨੇ ਜਿਹੜਾ ਨੈਚੁਰਲ ਰਿਐਕਸ਼ਨ ਉਹਦਾ ਹੋਣਾ ਗਾ, ਤੇ ਸਾਡੀ ਕੌਮ ਦਾ ਇਹ ਇਤਿਹਾਸ ਰਿਹਾ ਕਿ ਅਸੀਂ ਨੈਚੁਰਲ ਰਿਐਕਸ਼ਨ ਆ ਜਿਹੜਾ ਉਹ ਇੱਕਦਮ ਕਰਦੇ ਹਾਂ, ਸੋ ਉਹਨੂੰ ਕੌਮਾਂ ਦੇ ਸੰਦਰਭ ਦੇ ਵਿੱਚ ਤੁਸੀਂ ਤੁਹਾਨੂੰ ਜ਼ਿਆਦਾ ਸਮਝ ਆਊਗਾ। ਤੇ ਇਸੇ ਗੱਲ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਖੋਲ੍ਹ ਕੇ ਪੇਸ਼ ਕਰਨਾ ਹੋਵੇ, ਜਿਸ ਤਰ੍ਹਾਂ ਜਸਵੀਰ ਸਿੰਘ ਨੇ ਦੱਸਿਆ ਕਿ ਸਰਦਾਰ ਨਵਕਿਰਨ ਸਿੰਘ ਜਿਹੜੇ ਕਿ ਬੜੇ ਨਾਮੀ ਐਡਵੋਕੇਟ ਨੇ ਸਿੱਖ ਪੰਥ ਦੇ ਵਿੱਚ ਜਾਣੇ ਪਛਾਣੇ ਨੇ, ਉਹਨਾਂ ਨੇ ਜਦੋਂ ਨਿਹੰਗਾਂ ਵਾਲੇ ਮਸਲੇ ਦੇ ਉੱਤੇ ਕੀਤੀ ਹੈ ਪ੍ਰੈਸ ਕਾਨਫਰੰਸ, ਉਹਨਾਂ ਨੇ ਵੀ ਇਸੇ ਤਰ੍ਹਾਂ ਕਿਹਾ ਕਿ ਨਿਹੰਗ ਨੇ ਜਿਹੜੇ ਨਿਹੰਗ ਸਿੰਘ ਨੇ ਉਹ ਗ੍ਰੰਥਾਂ ਨੂੰ ਆਪਣੇ ਪਿਤਾ ਸਮਾਨ ਮੰਨਦੇ ਆ, ਬਾਣੀ ਨੂੰ, ਅਤੇ ਉਹ ਕਹਿੰਦੇ ਉਹਨਾਂ ਦਾ ਕਿ ਸਾਨੂੰ ਉਲਟਾ ਸਵਾਲ ਸੀ ਕਿ ਜੇਕਰ ਤੁਹਾਡੇ ਕੋਈ ਪਿਓ ਦੀ ਪੱਗ ਲਾਹੇ ਤੇ ਤੁਸੀਂ ਕਿਵੇਂ ਕਰੋਗੇ, ਸੋ ਉਹ ਕਹਿੰਦੇ ਕਿ ਅਸੀਂ ਨਵਕਿਰਨ ਸਿੰਘ ਨੇ ਕਿਹਾ ਕਿ ਅਸੀਂ ਆਮ ਬੰਦੇ ਹਾਂ ਤੇ ਅਸੀਂ ਹੋ ਸਕਦਾ ਉਸ ਤਰੀਕੇ ਦੇ ਨਾਲ ਰਿਐਕਸ਼ਨ ਨਾ ਕਰੀਏ ਜਿਵੇਂ ਨਿਹੰਗ ਕਰਦੇ ਆ, ਪਰ ਜਿਹੜਾ ਗੁਰੂ ਨੂੰ ਫੁੱਲੀ ਪ੍ਰਣਾਇਆ ਹੋਇਆ ਹੈ, ਜਿਹੜਾ ਉਸ ਤਰ੍ਹਾਂ ਦੀ ਇੱਕ ਲਾਈਫ ਜਿਹਦੀ ਪ੍ਰੈਕਟਿਸ ਦੇ ਵਿੱਚ ਹੈ, ਜਿਹੜੀ ਜੋ ਗੁਰੂ ਸਾਹਿਬ ਦੀ ਆਪਾਂ ਨੂੰ ਦਿੱਤੀ ਹੋਈ ਹੈ, ਜਿਹਨੂੰ ਆਪਾਂ ਪਹਿਲ ਤਾਜਗੀ ਵੀ ਕਹਿੰਦੇ ਹਾਂ ਕਿ ਉਸੇ ਹੀ ਤਰ੍ਹਾਂ ਦੀ ਪਹਿਲ ਤਾਜਗੀ, ਭਾਵ ਕਿ ਉਸੇ ਹੀ ਤਰ੍ਹਾਂ ਦੀ ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲ ਰਹੀ ਹੈ, ਸੋ ਉਹ ਸਾਡੇ ਵਾਂਗੂ ਆਮ ਦੁਨਿਆਵੀ ਬੰਦਿਆਂ ਵਾਂਗੂ ਰਿਐਕਸ਼ਨ ਨਹੀਂ ਕਰੂਗਾ, ਉਹਦਾ ਰਿਐਕਸ਼ਨ ਗੁਰੂ ਸਾਹਿਬ ਦੀ ਜਿਹੜੀ ਗੁਰੂ ਸਾਹਿਬ ਦਾ ਜਿਹੜਾ ਹੁਕਮ ਆ ਉਸ ਦੇ ਅਨੁਸਾਰ ਹੀ ਉਸ ਦੇ ਅਨੁਸਾਰੀ ਹੀ ਹੋਊਗਾ। ਜਸਵੀਰ ਸਿੰਘ ਜੀ ਅੱਗੇ ਚੱਲਦੇ ਹਾਂ, ਨਿਹੰਗ ਸਿੰਘਾਂ ਦੇ ਵੱਲੋਂ 27 ਤਰੀਕ ਨੂੰ ਅੱਜ ਦੇ ਦਿਨ 27 ਅਕਤੂਬਰ ਨੂੰ ਇੱਕ ਮੀਟਿੰਗ ਰੱਖੀ ਗਈ ਸੀ ਸਾਰੀਆਂ ਜਥੇਬੰਦੀਆਂ ਦੇ ਨਾਲ ਕਿ ਸਾਨੂੰ ਇੱਥੇ ਰਹਿਣਾ ਚਾਹੀਦਾ ਜਾਂ ਜਾਣਾ ਚਾਹੀਦਾ, ਕੀ ਉਹਦੀ ਅਜੇ ਅਪਡੇਟ ਕੋਈ ਆਈ ਆ ਜਾਂ ਅਜੇ ਉਹ ਮੀਟਿੰਗ ਚੱਲ ਰਹੀ ਆ ਜਾਂ ਅਜੇ ਹੋਣੀ ਆ, ਕੀ ਹੈ ਜੀ? ਬਿਲਕੁਲ, ਉਹ ਬਹੁਤ ਅਹਿਮ ਗੱਲ ਆ ਅੱਜ ਦੀ ਕਿਸਾਨ ਸੰਘਰਸ਼ ਨੂੰ ਲੈ ਕੇ ਔਰ ਸਿੱਖ ਪੰਥ ਨੂੰ ਲੈ ਕੇ, ਕਿਉਂਕਿ ਕਿਸਾਨ ਲੀਡਰਾਂ ਨੇ ਕਈ ਵਾਰ ਇਹ ਘਟਨਾ ਤੇ ਅਜੇ ਹੁਣ ਘਟੀ ਆ, ਕੁਝ ਦਿਨ ਹੋਏ ਆ, 2 ਹਫ਼ਤੇ ਹੋਏ ਆ ਜਿਹੜੀ ਬੇਅਦਬੀ ਦੀ ਘਟਨਾ ਘਟਣ ਤੋਂ ਬਾਅਦ ਉੱਥੇ ਇੱਕ ਵਿਅਕਤੀ ਨੂੰ ਜਿਹੜਾ ਕਿ ਨਿਹੰਗ ਸਿੰਘਾਂ ਨੇ ਜਿਹੜਾ ਕਿ ਮਾਰਿਆ ਹੈਗਾ, ਔਰ ਇਹ ਘਟਨਾ ਘਟਣ ਤੋਂ ਪਹਿਲਾਂ ਹੀ ਕਈ ਵਾਰ ਕਿਸਾਨ ਲੀਡਰਾਂ ਨੇ, ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਦੀ ਗੱਲ ਅਸੀਂ ਕਰ ਲਈਏ, ਉਹਨਾਂ ਨੇ ਸ਼ਾਇਦ ਜਨਵਰੀ ਦੀ ਗੱਲ ਆ, ਮੇਰੇ ਕੋਲ ਵੀਡੀਓ ਵੀ ਹੋਣੀ ਹੈ, ਤਾਂ ਉੱਥੇ ਉਹਨਾਂ ਨੇ ਕਿਹਾ ਸੀਗਾ ਵੀ ਨਿਹੰਗ ਸਿੰਘ ਇੱਥੋਂ ਚਲੇ ਜਾਣ ਔਰ ਜਿਹੜੇ ਨਿਸ਼ਾਨ ਸਾਹਿਬ ਲਾਏ ਹੋਏ ਆ ਇਹ ਇੱਥੋਂ ਹਟਾ ਲਏ ਜਾਣ। ਇਹ 'ਚ ਅਸੀਂ ਬਿਲਕੁਲ ਵੀ ਇਹ ਗੱਲ ਜਿਹੜੀ ਇੱਥੇ ਕਰਨ ਲੱਗੇ ਹਾਂ, ਨਾ ਤਾਂ ਅਸੀਂ ਸੰਗ ਕਰਦੇ ਹਾਂ, ਔਰ ਇਹ ਪਹਿਲੀ ਗੱਲ ਹੀ ਆ ਵੀ ਬਲਬੀਰ ਸਿੰਘ ਰਾਜੇਵਾਲ ਦੇ ਮਨ ਦੇ ਵਿੱਚ ਪਹਿਲਾਂ ਹੀ ਸੀ, ਕਿਸੇ ਨੇ ਰੱਬ ਜਾਣੇ ਕੀ ਸੀ ਉਹਦੇ ਕਾਰਨ ਕੀ ਸੀ, ਕਿਸੇ ਨੇ ਕਿਹਾ ਕਿ ਉੱਦਾਂ ਹੀ ਕਿਤੇ, ਹਨਾ, ਉਹ ਕਹਿੰਦੇ ਸੀ ਵੀ ਇੱਥੋਂ ਚਲੇ ਜਾਣ, ਇੱਥੋਂ ਹਟਾ ਲਏ, ਨਿਸ਼ਾਨ ਜਿਹੜੇ ਆ ਹਟਾ ਲਏ ਜਾਣ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਨਿਹੰਗ ਸਿੰਘਾਂ ਦਾ ਪ੍ਰਭਾਵ ਆ ਜਿਹੜਾ ਉਹ ਬਹੁਤ ਜ਼ਿਆਦਾ ਸੀ, ਅੱਜ ਵੀ ਹੈ ਸਰਕਾਰ ਦੇ ਉੱਤੇ, ਪਰ ਉਹਨਾਂ ਦਿਨਾਂ ਦੇ ਵਿੱਚ ਨਿਹੰਗ ਸਿੰਘਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ, ਕਿਉਂਕਿ ਉਸ ਦਿਨ ਉਹ ਲਾਂਘਾ ਜਿਹੜਾ ਹੈਗਾ ਉਹ ਜਿੱਦਾਂ ਥੋੜ੍ਹਾ ਜਿਹਾ ਖੁੱਲ੍ਹਾ ਵੀ ਹੋਇਆ ਸੀਗਾ, ਰੋਜ਼ਾਨਾ ਜਿਹੜੀਆਂ ਹੈਗੀਆਂ ਪੁਲਿਸ ਦੀਆਂ ਨਿਹੰਗ ਸਿੰਘਾਂ ਦੇ ਨਾਲ ਜਿਹੜੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਹੈਗੀਆਂ ਝੜਪਾਂ ਕਹਿ ਲਓ ਜਾਂ ਨਿੱਕੀ ਨਿੱਕਾ ਬੋਲਬਾਲਾ ਹੁੰਦਾ ਰਹਿੰਦਾ ਸੀ, ਕਿਉਂਕਿ ਪੁਲਿਸ ਜਿਹੜੀ ਹੈ ਉੱਥੋਂ ਆਮ ਜਿਹੜੇ ਰਾਹਗੀਰ ਹੈ ਜਿਹੜੇ ਦਿੱਲੀ ਦੇ ਵਸਨੀਕ ਹੈ, ਟਿੱਕਰੀ ਸਿੰਘੂ ਬਾਰਡਰ ਨੂੰ ਆਉਂਦੇ ਸੀਗੇ, ਜਿਹੜੇ ਕੁੰਡਲੀ ਬਾਰਡਰ ਨੂੰ ਕੋਈ ਨੌਕਰੀ ਕਰਨ ਕੋਈ ਹੋਰ ਆ, ਕਿਸਾਨਾਂ ਵੱਲੋਂ ਰਾਹ ਖੁੱਲ੍ਹਾ ਸੀਗਾ, ਨਿਹੰਗ ਸਿੰਘਾਂ ਵੱਲੋਂ ਖੁੱਲ੍ਹਾ ਸੀਗਾ, ਜਿਹੜਾ ਉਹ ਬਾਰਡਰ ਪੂਰੀ ਤਰ੍ਹਾਂ ਅੱਜ ਸੀਲ ਹੈ ਉਦੋਂ ਥੋੜ੍ਹਾ ਜਿਹਾ ਖੁੱਲ੍ਹਾ ਸੀ, ਉੱਥੋਂ ਜਿਹੜਾ 2 ਪਹੀਆ ਵਾਹਨ ਹੈ ਨਾ ਉਹ ਟੱਪ ਸਕਦਾ ਸੀਗਾ, ਔਰ ਉਹਨਾਂ ਨੂੰ ਪੁਲਿਸ ਰੋਕਦੀ ਸੀ ਵੀ ਨਾ ਜਾਓ ਇੱਦਾਂ ਉੱਦਾਂ, ਕਿਉਂਕਿ ਕਈ ਤਰੀਕਿਆਂ ਦੇ ਨਾਲ ਵੀ ਤਾਂ ਕਿ ਆਮ ਲੋਕਾਂ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਦੇ ਪ੍ਰਤੀ ਜਾਵੇ ਵੀ ਇਹਨਾਂ ਨੇ ਬੜਾ ਪੰਗਾ ਪਾਇਆ ਯਾਰ, ਸਾਨੂੰ ਲੰਘਣ 'ਚ ਮੁਸ਼ਕਲ ਹੁੰਦੀ ਹੈ।
ਪਰ ਉਹ ਨਿਹੰਗ ਸਿੰਘ ਕਹਿੰਦੇ ਸੀ ਵੀ ਅਸੀਂ ਨਹੀਂ ਰੋਕਿਆ, ਰੋਕਿਆ ਪੁਲਿਸ ਨੇ, ਬਾਰਡਰ ਖੋਲ੍ਹ ਦਿਓ, ਲੋਕ ਆਮ ਲੋਕ ਲੰਘੀ ਜਾਣ, ਉੱਧਰੋਂ ਮੋਰਚਾ ਕਿਸਾਨਾਂ ਦਾ ਲੱਗਾ, ਛੱਡ ਕੇ ਛਾਉਣੀ ਆਪਦੀ ਲੱਗੀ ਆ। ਤਾਂ ਉਦੋਂ ਪਤਾ ਨਹੀਂ ਕਿਸ ਵਜ੍ਹਾ ਕਰਕੇ ਬਲਵੀਰ ਸਿੰਘ ਰਾਜੇਵਾਲ ਔਰ ਹੋਰ ਕਿਸਾਨ ਲੀਡਰਾਂ ਨੇ ਪਹਿਲਾਂ ਕਈ ਵਾਰ ਇਹ ਗੱਲ ਕਹਿ ਚੁੱਕੇ ਸੀ ਵੀ ਨਿਹੰਗ ਸਿੰਘ ਉੱਥੋਂ ਚਲੇ ਜਾਣ, ਅਤੇ ਹੁਣ ਜਿਹੜੀ ਇਹ ਵੱਡੀ ਘਟਨਾ ਘਟ ਗਈ ਬੇਅਦਬੀ ਵਾਲੀ, ਬੇਅਦਬੀ ਵਾਲੀ ਘਟਨਾ ਤੋਂ ਬਾਅਦ ਵੀ ਕਿਸਾਨ ਲੀਡਰਾਂ ਨੇ ਵੀ ਕਹਿਤਾ ਵੀ ਇਹ ਘਟਨਾ ਦਾ ਸਾਡੇ ਨਾਲ ਸੰਬੰਧ ਕੋਈ ਨਹੀਂ। ਹਾਲਾਂਕਿ ਚਲੋ ਉਹਨਾਂ ਦੇ ਵਿੱਚ ਕਹਿਣ ਨੂੰ ਸਿੱਖ ਕਿਸਾਨ ਲੀਡਰ ਨੇ ਬਲਵੀਰ ਸਿੰਘ ਰਾਜੇਵਾਲ ਕਾਫੀ ਵਾਰੀ ਉਹਨਾਂ ਦੀ ਕਿਰਪਾਨ ਵੀ ਪਾਈ ਮੀਡੀਆ ਦੇ ਵਿੱਚ ਨਜ਼ਰ ਆਈ ਹੈ, ਔਰ ਹੋਰ ਵੀ ਬਹੁਤ ਸਾਰੇ ਅੰਮ੍ਰਿਤਧਾਰੀ ਜਿਹੜੇ ਆਗੂ ਹੈਗੇ ਪੰਜਾਬ ਦੇ। ਤਾਂ ਹਾਲਾਂਕਿ ਤਾਂ ਇੱਥੇ ਬੇਅਦਬੀ ਮਾਮਲੇ ਦੀ ਐਡੀ ਵੱਡੀ ਘਟਨਾ ਨੂੰ ਇਹੀ ਕਹਿ ਦੇਣਾ ਵੀ ਸਾਡੇ ਨਾਲ ਸੰਬੰਧ ਕੋਈ ਨਹੀਂ, ਬੇਸ਼ੱਕ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧ ਨਾ ਹੋਵੇ ਪਰ ਸਿੱਖਾਂ ਦੇ ਨਾਲ ਇਹ ਘਟਨਾ ਦਾ ਸੰਬੰਧ ਉਹ ਹੈਗਾ ਹੀ ਹੈਗਾ, ਚਾਹੇ ਉਹ ਕਿਸਾਨੀ ਦਾ ਮੋਰਚਾ ਲਾ ਕੇ ਬੈਠੇ ਹੋਣ, ਚਾਹੇ ਉਹ ਜਿੱਥੇ ਮਰਜ਼ੀ ਕੰਮ ਕਰਦੇ ਹੋਣ, ਕੋਈ ਮੋਰਚੇ 'ਚ ਹੋਣ, ਕੋਈ ਜੌਬ 'ਚ ਹੋਣ, ਕੋਈ ਘਰੇ ਹੋਣ। ਤਾਂ ਚਲੋ ਖੈਰ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਸੰਬੰਧ ਕੋਈ ਨਹੀਂ, ਨਿਹੰਗ ਸਿੰਘ ਵੀ ਕਹਿੰਦੇ ਵੀ ਤੁਹਾਡੇ ਨਾਲ ਕੋਈ ਸੰਬੰਧ ਨਹੀਂ, ਇਹ ਗੁਰੂ ਪਾਤਸ਼ਾਹ ਦਾ ਪੰਥ ਦਾ ਮਸਲਾ, ਬੇਅਦਬੀ ਜਿਹਨੇ ਕੀਤੀ ਅਸੀਂ ਆਪਦੇ ਤਰੀਕੇ ਨਾਲ ਕੰਮ ਕਰਤਾ ਭਾਈ, ਸਜ਼ਾ ਦੇ ਦਿੱਤੀ, ਅਸੀਂ ਇਹ ਸਰੈਂਡਰ ਕਰਦੇ ਹਾਂ। ਤਾਂ ਉਦਮ ਤੋਂ ਬਾਅਦ ਫਿਰ ਯੋਗਿੰਦਰ ਯਾਦਵ ਰਾਸ਼ਟਰਵਾਦੀ ਲੀਡਰ ਆ, ਆਪੇ ਬਣਿਆ ਕਿਸਾਨ ਮੋਰਚੇ ਦਾ, ਉਹਨੇ ਵੀ ਗੱਲ ਬਿਲਕੁਲ ਵਜਾ ਕੇ ਕਹੀ ਵੀ ਨਿਹੰਗ ਸਿੰਘਾਂ ਨੂੰ ਉੱਥੋਂ ਚਲੇ ਜਾਣਾ ਚਾਹੀਦਾ। ਰਕੇਸ਼ ਟਕੈਤ ਉਹਨੇ ਨੇ ਕੀ ਵੀ ਇੱਥੋਂ ਨਿਹੰਗ ਸਿੰਘਾਂ ਨੂੰ ਜਾਂਚ ਚਲੇ ਜਾਣਾ ਚਾਹੀਏ, ਔਰ ਫਿਰ ਬਲਵੀਰ ਸਿੰਘ ਰਾਜੇਵਾਲ ਨੇ ਜਿਹੜਾ ਕਹੀ, ਸਾਰੇ ਲੀਡਰਾਂ ਨੇ ਕਈ ਵਾਰ ਕਹਿਣ ਤੋਂ ਬਾਅਦ ਫਿਰ ਨਿਹੰਗ ਸਿੰਘ ਨੂੰ ਆਖੇ ਰਾਜੇ ਮੀਟਿੰਗ ਰੱਖਣੀ ਪਈ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਜਿੰਨਾ ਅਸੀਂ ਦੇਖਦੇ ਹਾਂ ਬਹੁਤ ਸਾਰੇ ਜਿਹੜੇ ਇਸ ਮਸਲੇ ਕਿਸਾਨ ਸੰਘਰਸ਼ ਦੇ ਚਿੰਤਕ ਲੋਕ ਨੇ ਜੀ, ਤਾਂ ਇਹ ਸੀ ਵੀ ਜਦੋਂ ਦੀ ਇਹ ਗੱਲ ਚਰਚਾ 'ਚ ਆਈ ਹੈ ਵੀ ਨਿਹੰਗ ਸਿੰਘਾਂ ਦੀ ਮੀਟਿੰਗ ਆ ਅੱਜ ਜਿਹੜੀ ਉਹਨਾਂ ਦਾ ਜਿੱਦਾਂ ਕਹਿ ਲਓ ਵੀ ਸੰਗਤ ਦੇ ਵਿੱਚ ਉਹ ਮਤਾ ਪਾਉਣਗੇ, ਨਿਹੰਗ ਸਿੰਘ ਖੁਦ ਗੁਰਮਤਾ ਕਰਨਗੇ ਇਸ ਮਸਲੇ ਦਾ ਵੀ ਉੱਥੋਂ ਆਉਣਾ ਕਿ ਨਹੀਂ ਆਉਣਾ। ਤਾਂ ਆਮ ਲੋਕ ਜਿਹੜੇ ਆ ਚਿੰਤਕ ਜਿਹੜੇ ਕਿਸਾਨ ਸੰਘਰਸ਼ ਨੇ ਇੱਕੋ ਹੀ ਕਹਿ ਰਹੇ ਆ ਵੀ ਐਂ ਜਾਪਦਾ ਵੀ ਜਿੱਦਣ ਨਿਹੰਗ ਸਿੰਘ ਜਾਂ ਜਦੋਂ ਨਿਹੰਗ ਸਿੰਘ ਆ ਗਏ ਤਾਂ ਉਦੋਂ ਬਾਅਦ ਜਿਹੜਾ ਮੋਰਚੇ ਦਾ ਵੱਡਾ ਨੁਕਸਾਨ ਜਿਹੜਾ ਹੋ ਸਕਦਾ, ਕਿਉਂਕਿ ਸਾਨੂੰ ਵੀ ਪਤਾ ਇਹ ਗੱਲ ਤਾਂ ਇੱਥੇ ਜਿਹੜੀ ਨੁਕਸਾਨ ਹੋਣ ਦੀ ਗੱਲ ਬਿਲਕੁਲ ਵਾਜਬ ਜਾਪਦੀ ਹੈ। 28-29 ਤਰੀਕ ਨੂੰ ਜਦੋਂ ਉੱਥੇ ਕੁਛ ਸਰਕਾਰ ਵੱਲੋਂ ਭੇਜੇ ਗਏ ਗੁੰਡਾ ਅਨਸਰਾਂ ਨੇ ਹਮਲਾ ਕੀਤਾ ਸਿੰਘੂ ਜੀ ਸਟੇਜ ਦੇ ਉੱਤੇ, ਪਰਲੀ ਸਟੇਜ ਹੈ ਜਿਹੜੀ ਮਾਝੇ ਵਾਲੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਬੀਬੀਆਂ ਦੇ ਟੈਂਟਾਂ 'ਤੇ ਹਮਲਾ ਕੀਤਾ ਜਿੱਥੇ ਬੀਬੀਆਂ ਦਾ ਇਸ਼ਨਾਨ ਪਾਣੀ ਵਾਲੀ ਜਗ੍ਹਾ, ਉੱਥੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਦੋਂ ਕੇਵਲ ਨਿਹੰਗ ਸਿੰਘ ਆਏ ਸੀਗੇ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਤਾਂ ਇਹ ਕਹਿਤਾ ਸੀ ਵੀ ਜਿਹੜਾ ਉੱਧਰ ਜਾਊਗਾ ਭਾਵ ਪਰਲੀ ਸਟੇਜ 'ਤੇ ਜਿੱਥੇ ਹਮਲਾ ਹੋਇਆ ਉਹ ਆਪਦਾ ਜ਼ਿੰਮੇਵਾਰ ਆਪ ਹੋਊਗਾ, ਸਾਡਾ ਨਹੀਂ ਮਤਲਬ ਉੱਧਰ ਜਾਣ ਦਾ। ਇਹਨਾਂ ਨੇ ਰੋਕਿਆ ਵੀ ਨੌਜਵਾਨਾਂ ਨੂੰ, ਵਲੰਟੀਅਰਾਂ ਨੂੰ ਰੋਕਿਆ ਵੀ, 3-4 ਵਲੰਟੀਅਰ ਅੱਜ ਵੀ ਉਹ ਗੱਲ ਕਰਨ ਨੂੰ ਵੀ ਤਿਆਰ ਆ, ਪਰ ਅਜੇ ਫਿਰ ਵੀ ਕਹਿੰਦੇ ਆ ਵੀ ਚਲੋ ਗੁਰੂ ਭਲਾ ਕਰੇ ਆਪਸ 'ਤੇ ਦੁਫਾੜ ਨਾ ਪਵੇ। ਤਾਂ ਉਦੋਂ ਕਿਸਾਨ ਸੰਯੁਕਤ ਕਿਸਾਨ ਮੋਰਚਾ ਨੇ ਤਾਂ ਇਹ ਕਹਿਤਾ ਸੀ ਵੀ ਕਿਸੇ ਨੇ ਉੱਧਰ ਦੀ ਸਟੇਜ 'ਤੇ ਨਹੀਂ ਜਾਣਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੀ 'ਤੇ ਜਿੱਧਰ ਹਮਲਾ ਹੋਇਆ, ਔਰ ਉਦੋਂ ਕੌਣ ਗਿਆ ਸੀ? ਉਦੋਂ ਇਹੋ ਨਿਹੰਗ ਸਿੰਘ ਗਏ ਸੀ ਜਿਹਨਾਂ ਨੂੰ ਅੱਜ ਕਿਹਾ ਜਾ ਰਿਹਾ ਵੀ ਚਲੋ ਜੋ ਪੰਜਾਬ ਤੁਸੀਂ ਮਾਹੌਲ ਖਰਾਬ ਕਰਦੇ ਹੋ। ਉਹ ਮਾਹੌਲ ਜਿਹੜਾ ਖਰਾਬ ਹੋਣ ਲੱਗਾ ਸੀਗਾ ਉਹਨੂੰ ਇਹਨਾਂ ਨੇ ਆਪਦੇ ਸਿਰ ਲਿਆ, ਇਹਨਾਂ ਨੇ ਉਹ ਜਿਹੜੇ ਸੰਘੀ ਸੀ ਉੱਥੇ ਕੁਛ ਕਾਏ ਸੀਗੇ, ਕੋਈ ਡਾਂਗ ਸੀਗੇ, ਕੋਈ ਸੋਟਾ ਸੀਗਾ, ਜਦੋਂ ਇਹ ਲੈ ਕੇ ਉੱਥੇ ਸ਼੍ਰੀ ਸਾਹਿਬ ਖਲੋ ਗਏ ਫਿਰ ਉਹ ਭੱਜੇ ਉੱਥੋਂ। ਔਰ ਰਣਜੀਤ ਸਿੰਘ ਨੌਜਵਾਨ ਜਿਹੜਾ ਕਾਜ਼ਮਪੁਰ, ਉਹ ਉਹਦੀ ਜਿਹੜੀ ਉਹ ਦਹਾੜ ਸੀ ਨਾ ਉਹਨੇ ਸੰਘੀਆਂ ਨੂੰ ਭਜਾਇਆ ਸੀਗਾ, ਉਹ ਨਿਹੰਗ ਸਿੰਘ ਆ, ਉਹ ਕੌਣ ਹੈ? ਬਾੜਾ ਉਹਦੇ ਪਾਇਆ, ਦੁਬਾਲਾ ਸਜਾਇਆ ਹੋਇਆ। ਤਾਂ ਇਹ ਬਹੁਤ ਅਹਿਮ ਗੱਲ ਆ ਜਿਹੜਾ ਇਹ ਡਰ ਆ ਲੋਕਾਂ ਦੇ ਵਿੱਚ ਵੀ ਜੇ ਕਿਤੇ ਰੱਬ ਨਾ ਕਰੇ ਨਿਹੰਗ ਸਿੰਘ ਆਉਂਦੇ ਆ ਤਾਂ ਜਿਹੜੀ ਇੱਕ ਬਹੁਤ ਵੱਡੀ ਸੇਫ ਵਾਲ ਹੀ ਨਹੀਂ ਗੀ ਇਕੱਲੀ, ਉਹ ਇੱਕ ਦੇਸ਼ ਵਾਸਤੇ ਵੀ ਬੜੀ ਵੱਡੀ ਜਿਹੜੀ ਚੁਣੌਤੀ ਹੈ, ਜਿਹੜਾ ਇੱਕ ਭਾਰਤੀ ਢਾਂਚਾ ਜਾਂ ਚਾਹੁੰਦਾ ਵੀ ਕਿਸਾਨ ਸੰਘਰਸ਼ ਨੂੰ ਕੁਚਲ ਦਿੱਤਾ ਜਾਵੇ, ਕਿਉਂਕਿ ਲਖੀਮਪੁਰ ਖੀਰ 'ਚ ਕੁਚਲਿਆ ਹੀ ਹੈ, ਹੋਰ ਕੁਚਲਣਾ ਕਿਵੇਂ ਹੁੰਦਾ? ਔਰ ਉਹ ਗੱਡੀਆਂ ਇੱਧਰ ਨੂੰ ਵੀ ਆ ਸਕਦੀਆਂ ਜਿੰਨਾ ਚਿਰ ਉੱਥੇ ਨਿਹੰਗ ਸਿੰਘਾਂ ਦੇ ਘੋੜੇ ਆ, ਜਿੰਨਾ ਚਿਰ ਪਾਲਕੀ ਸਾਹਿਬ ਆ, ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਕਿਉਂਕਿ ਇੱਕ ਪੰਥ ਬੈਠਾ ਉੱਥੇ, ਇੱਕ ਕੌਮ ਬੈਠੀ ਹੈ, ਧਰਮ ਦੀ ਇੱਕ ਹੁਣ ਹੋਂਦ ਬੈਠੀ ਉੱਥੇ, ਤਾਂ ਉਹ ਡਰ ਹੈ ਉਹਨਾਂ ਦੇ ਮਨ ਦੇ ਵਿੱਚ, ਨਹੀਂ ਤਾਂ ਉਸ ਤਰ੍ਹਾਂ ਦੇ ਐਕਸ਼ਨ ਹੋ ਸਕਦੇ ਆ ਜਿੱਦਾਂ ਦੇ ਬਾਕੀ ਥਾਵਾਂ 'ਤੇ ਹੁੰਦੇ ਆਏ ਆ ਜੀ। ਅਖੀਰ ਦੇ ਉੱਤੇ ਆਪਾਂ ਖਬਰ ਦੀ ਜਿਹੜੀ ਡਿਸਕਸ਼ਨ ਕਰਨੀ ਆ ਉਹ ਬਹੁਤ ਅਹਿਮ ਆ, ਦੂਜੀਆਂ ਖਬਰਾਂ ਵੀ ਅਹਿਮ ਨੇ ਪਰ ਇਹ ਬਹੁਤ ਸੈਂਸਿਟਿਵ ਆ। ਉਹ ਹੈ ਕਿ ਇੱਕ ਲੁਧਿਆਣੇ ਦੇ ਸ਼ਖਸ ਨੇ ਕਲੱਬ ਹਾਊਸ ਜਿਹੜੀ ਨਵੀਂ ਐਪ ਆਈ ਹੋਈ ਆ ਉਸ ਦੇ ਉੱਤੇ ਗੁਰੂ ਸਾਹਿਬਾਨ ਦੇ ਬਾਰੇ ਬਹੁਤ ਮੰਦੀ ਸ਼ਬਦਾਵਲੀ ਬੋਲੀ ਆ। ਇਸ ਤਰ੍ਹਾਂ ਦੀ ਸ਼ਬਦਾਵਲੀ ਸਾਡੇ ਸਮਿਆਂ ਦੇ ਵਿੱਚ ਕਦੇ ਸੁਣਨ ਨੂੰ ਨਹੀਂ ਆਈ ਆ। ਅਸੀਂ ਦੇਖਿਆ ਹੈ ਕਿ ਚਾਹੇ ਉਹ ਕਾਂਗਰਸ ਵਾਲਾ ਹੋਵੇ, ਚਾਹੇ ਉਹ ਬੀਜੇਪੀ ਵਾਲਾ ਜਾਂ ਕਿਸੇ ਹੋਰ ਪਾਰਟੀ ਦਾ, ਜਿਹੜੇ ਉਹਨਾਂ ਦੇ ਐਕਸਟ੍ਰੀਮ ਨੇ, ਜਿਹੜੇ ਸਿੱਖ ਪੰਥ ਦਾ ਭਲਾ ਵੀ ਨਹੀਂ ਚਾਹੁੰਦੇ ਜਾਂ ਪੰਜਾਬ ਦਾ ਭਲਾ ਵੀ ਨਹੀਂ ਚਾਹੁੰਦੇ, ਪਰ ਫਿਰ ਵੀ ਉਹਨਾਂ ਦੀ ਇੰਨੀ ਜ਼ਰੂਰਤ ਨਹੀਂ ਸੀ ਪਈ ਸੁਖਬੀਰ ਸਿੰਘ ਜੀ ਕਿ ਉਹ ਗੁਰੂ ਸਾਹਿਬਾਨ ਬਾਰੇ ਇੰਝ ਦੀ ਮੰਦੀ ਸ਼ਬਦਾਵਲੀ ਵਰਤ ਲੈਣ। ਸੋ ਹੁਣ ਜੋ ਇਸ ਸ਼ਖਸ ਦੇ ਵੱਲੋਂ ਵਰਤੀ ਗਈ ਆ, ਅੱਜ ਕੱਲ੍ਹ ਉਹ ਭਗੌੜਾ ਗਾ ਅਤੇ ਪੁਲਿਸ, ਪੰਜਾਬ ਪੁਲਿਸ ਉਹਨੂੰ ਲੱਭ ਰਹੀ ਆ ਅਤੇ ਉਸ ਦੇ ਲਈ ਜਿਹੜੇ ਪੰਜਾਬ ਪੁਲਿਸ ਐਫਰਟਸ ਕਰ ਰਹੀ ਆ ਉਹਨੂੰ ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੋ
ਉਹ ਉਸ ਤੇ ਕਾਰਨ ਜਦ ਕਿ ਬਹੁਤ ਜ਼ਿਆਦਾ ਕੰਮ ਵੱਧ ਸਕਦਾ ਗਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਬੋਲਿਆ ਗਿਆ ਗਾ ਤੇ ਉਸ ਤੇ ਉਸਦੇ ਰਿਐਕਸ਼ਨ ਵੀ ਬਹੁਤ ਤਕੜਾ ਹੋ ਸਕਦਾ ਇਹ ਜੇ ਸਿਚੁਏਸ਼ਨ ਦੇ ਵਿੱਚ ਪੰਜਾਬ ਪੁਲਿਸ ਦੇ ਕਿੰਨੇ ਕੁ ਐਫਰਟਸ ਨੇ ਕਿਹਨੂੰ ਲੱਭ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਜੀ ਬਿਲਕੁਲ ਜਿਹੜਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਗੁਰੂ ਨਾਨਕ ਮਹਾਰਾਜ ਜੀ ਬਾਰੇ ਜਗਤ ਗੁਰੂ ਸੱਚੇ ਪਾਤਸ਼ਾਹ ਬਾਰੇ ਬਹੁਤ ਜਾਣ ਬੁੱਝ ਕੇ ਮਿੱਥ ਕੇ ਜਿਹੜੀ ਗੱਲ ਆ ਵੀ ਇੱਕ ਤਾਂ ਹੁੰਦੀ ਸਹਿ ਸੁਭਾਈ ਕਈ ਵਾਰੀ ਚਲੋ ਗਲਤੀ ਇਨਸਾਨਾਂ ਤੋਂ ਬੋਲਦਿਆਂ ਕੋਈ ਸੱਚੇ ਪਾਤਸ਼ਾਹ ਦੀ ਸ਼ਾਨ ਦੇ ਵਿੱਚ ਕੋਈ ਊਣੀ ਗੱਲ ਰਹਿ ਜਾਂਦੀ ਹੈ ਪਰ ਉਹਨੇ ਮਿੱਥ ਕੇ ਬਹੁਤ ਗੰਦੀ ਗੱਲ ਜਿਹੜੀ ਕਹੀ ਹੈ ਜਿਹੜੀ ਧਰਮੀ ਬੰਦਾ ਤਾਂ ਕਹਿ ਨਹੀਂ ਸਕਦਾ ਜਿਹੜਾ ਸੱਚਮੁੱਚ ਕਿਸੇ ਧਰਮ ਦਾ ਜੇ ਹੋਵੇ ਤੇ ਉਹ ਕਹਿ ਨਹੀਂ ਸਕਦਾ ਜਿੱਦਾਂ ਕਹਿ ਲਓ ਜਿੱਦਾਂ ਕੋਈ ਖਸਮ ਸਾਈ ਹੋਵੇ ਉਹ ਨਹੀਂ ਕਹਿ ਸਕਦਾ ਤੇ ਇਹ ਗੱਲ ਜਿਹੜੀ ਕਹੀ ਗਈ ਹੈ ਜਾਣ ਬੁੱਝ ਕੇ ਕਹੀ ਗਈ ਹੈ ਇਕੱਲੀ ਉੱਥੇ ਕਲੱਬ ਹਾਊਸ ਤੇ ਹੀ ਨਹੀਂ ਕਹੀ ਇੱਥੋਂ ਇਹ ਸਪਸ਼ਟ ਹੁੰਦਾ ਵੀ ਜਿਹੜਾ ਉਹਨਾਂ ਦਾ ਇੱਕ ਟੋਲਾ ਹੈਗਾ ਪੂਰਾ ਇਸ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਪੰਜਾਬ ਦੇ ਸੰਘਰਸ਼ ਨੂੰ ਮਾਹੌਲ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣਾ ਚਾਹੁੰਦੇ ਆ ਜਾਣ ਬੁੱਝ ਕੇ ਖਾਸ ਕਰਕੇ ਸਿੱਖਾਂ ਨੂੰ ਛੇੜਦੇ ਆ ਕਦੇ ਸਿੱਖ ਪੰਥ ਦੀਆਂ ਰੋਹ ਰੀਤਾਂ ਤੇ ਕਦੇ ਗੁਰੂ ਸਾਹਿਬਾਨ ਤੇ ਕਦੇ ਇਤਿਹਾਸ ਤੇ ਕਦੇ ਸਿੱਖ ਸੂਰਮਿਆਂ ਦੇ ਉੱਤੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਦਾ ਜਿਹੜਾ ਕਿ ਫਾਇਦਾ ਲੈ ਕੇ ਉਹ ਵਾਰ ਕਰਦੇ ਕਿਉਂਕਿ ਉਹਦਾ ਜ਼ਮੀਨੀ ਪੱਧਰ 'ਤੇ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਗਾ ਔਰ ਜਦੋਂ ਵਾਰ ਕਰਦੇ ਆ ਫਿਰ ਸਿੱਖ ਜਿਹੜੇ ਆ ਉਹ ਕਾਨੂੰਨੀ ਕਾਰਵਾਈ ਚਲੋ ਅੱਜ ਜਿਹੜਾ ਇੱਥੇ ਮਾਹੌਲ ਆ ਲੋਕਤੰਤਰ ਵੀ ਕਾਨੂੰਨੀ ਕਾਰਵਾਈ ਭਾਈ ਕਰੋ ਅਨਿਲ ਅਰੋੜਾ ਦੀ ਆਡੀਓ ਵਾਇਰਲ ਹੋਈ ਉਹਦੇ ਉੱਤੇ ਪਰਚਾ ਦਰਜ ਕਰਾਉਣ ਦੇ ਵਾਸਤੇ ਵੀ ਲੁਧਿਆਣੇ ਦੇ ਸਿੱਖਾਂ ਨੂੰ ਕਾਫ਼ੀ ਜਿਹੜੀ ਆ ਉਹ ਮੁਸ਼ਕਤ ਕਰਨੀ ਪਈ ਧਰਨਾ ਤੁਰਨਾ ਲੱਗਿਆ ਕਾਫ਼ੀ ਕੁਛ ਹੋਇਆ ਫਿਰ ਅਖੀਰ ਨੂੰ ਪੁਲਿਸ ਨੇ ਜਿਹੜਾ ਉਹ ਪਰਚਾ ਦਰਜ ਕੀਤਾ 295 ਏ ਧਾਰਮਿਕ ਭਾਵਨਾਵਾਂ ਦਾ ਫਿਰ ਉਹਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਅਰੈਸਟ ਕਰਾਉਣ ਵਾਸਤੇ ਵੀ ਫਿਰ ਲੁਧਿਆਣੇ ਦਾ ਜਿਹੜਾ ਸਮਰਾਲਾ ਚੌਂਕ ਹੈ ਉੱਥੇ ਸਮੂਹ ਸਿੱਖ ਜਥੇਬੰਦੀਆਂ ਨੇ ਉਹਦੇ 'ਚ ਕੁਛ ਲੁਧਿਆਣੇ ਦੀਆਂ ਲੋਕਲ ਰਾਜਸੀ ਪਾਰਟੀਆਂ ਦੇ ਵੀ ਆਗੂ ਆਏ ਉਹ ਵੀ ਕਹਿੰਦੇ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ ਠੀਕ ਆ ਅਸੀਂ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਪਰ ਅਸੀਂ ਸਿੱਖ ਹਾਂ ਕਿਉਂਕਿ ਗੁਰੂ ਨਾਨਕ ਮਹਾਰਾਜ ਨੂੰ ਬਿਲਕੁਲ ਸਿੱਖਾਂ ਦੇ ਪਹਿਲੇ ਗੁਰੂ ਸੱਚੇ ਪਾਤਸ਼ਾਹ ਜੀ ਹੋਰ ਬਹੁਤ ਸਾਰੀਆਂ ਕੌਮਾਂ ਧਰਮਾਂ ਦੇ ਲੋਕ ਬਹੁਤ ਸਤਿਕਾਰ ਕਰਦੇ ਆ ਤਾਂ ਔਰ ਇਹ ਪਰਖ ਦੀ ਘੜੀ ਆ ਵੀ ਜਿਹੜੇ ਲੋਕ ਜਿਹੜੇ ਇਸ ਤਰ੍ਹਾਂ ਦੇ ਅਨਿਲ ਅਰੋੜਾ ਵਰਗੇ ਜਿਹੜੇ ਹੈਗੇ ਆ ਉਹ ਕਿਉਂਕਿ ਬੋਲਣ ਦੀ ਆਜ਼ਾਦੀ ਹੈ ਪਰ ਭੌਂਕਣ ਦੀ ਆਜ਼ਾਦੀ ਨਹੀਂ ਗੀ ਤੁਹਾਡੇ ਬੋਲ ਜਿਹੜੇ ਕੱਢੇ ਗਏ ਆ ਕਿਸੇ ਪੈਗੰਬਰ ਦੇ ਕਿਸੇ ਧਰਮ ਗੁਰੂ ਦੇ ਕਿਸੇ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਦੇ ਇਸ ਤਰ੍ਹਾਂ ਦਾ ਜਿਹੜਾ ਕਿ ਉਹ ਗਲਤ ਸ਼ਬਦਾਵਲੀ ਕਰਨ ਦਾ ਤੁਹਾਨੂੰ ਕੀ ਅਧਿਕਾਰ ਆ ਔਰ ਜਿਹੜੀ ਪੁਲਿਸ ਦਾਵਾ ਕਰਦੀ ਹੁੰਦੀ ਹੈ ਵੀ ਬੰਦਾ ਲੁਕਦਾ ਹੀ ਨਹੀਂ ਗਾ ਇਹ ਤਾਂ ਕੰਧਾਂ ਬੋਲਦੀਆਂ ਇਹਨਾਂ ਦੇ ਅੱਗੇ ਔਰ ਇਹਨਾਂ ਤੋਂ ਅਨਿਲ ਅਰੋੜਾ ਲੱਭਿਆ ਨਹੀਂ ਜਾ ਰਿਹਾ ਇਸ ਗੱਲ ਦਾ ਜਿਹੜਾ ਕਿ ਰੋਸ ਲੁਧਿਆਣੇ ਦੇ ਵਿੱਚ ਬੈਠੇ ਸਿੱਖਾਂ ਨੂੰ ਆ ਔਰ ਉਹਨਾਂ ਨੇ ਸ਼ਾਇਦ 3 ਦਿਨ ਦਾ ਸਮਾਂ ਮੋਹਲਤ ਜਿਹੜੀ 3 ਦਿਨ ਦੀ ਉਹ ਦਿੱਤੀ ਸੀ ਕੱਲ੍ਹ ਨੂੰ ਉਹ ਪੂਰੀ ਹੋ ਜਾਣੀ ਪੁਲਿਸ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਔਰ ਇੱਕ ਪੋਸਟਰ ਵੀ ਇਹਨਾਂ ਹਾਲਾਤਾਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਉਹ ਪਤਾ ਨਹੀਂ ਕਿੰਨਾ ਸੱਚ ਹੈ ਕਿੰਨਾ ਉਹਦੇ ਵਿੱਚ ਕੁਛ ਹੋਰ ਉਹਲ ਹੈ ਜਿਹਦੇ 'ਚ ਇਹ ਪੁਲਿਸ ਦੇ ਕੁਛ ਨੰਬਰ ਲਿਖੇ ਗਏ ਆ ਓਫਿਸ਼ੀਅਲ ਇੱਦਾਂ ਜਾਂਦਾ ਵੀ ਜਿੱਦਾਂ ਓਫਿਸ਼ੀਅਲ ਪੁਲਿਸ ਨੇ ਬਣਾਇਆ ਹੈਗਾ ਔਰ ਉਹਨੂੰ ਜਿਹੜਾ ਕਿ ਪੱਤਰਕਾਰ ਜਿਹੜੇ ਹੈਗੇ ਆ ਲੁਧਿਆਣੇ ਦੇ ਵਿੱਚ ਲੰਬੇ ਸਮੇਂ ਤੋਂ ਵਿਚਰਦੇ ਨਿੱਜੀ ਚੈਨਲਾਂ ਦੇ ਵਿੱਚ ਕੰਮ ਕਰਦੇ ਰਹੇ ਆ ਉਹਨਾਂ ਨੇ ਵੀ ਪੋਸਟ ਕੀਤਾ ਉਹਦੇ 'ਚ 1 ਲੱਖ ਦਾ ਇਨਾਮ ਜਿਹੜਾ ਹੈਗਾ ਇਸ ਅਨਿਲ ਅਰੋੜਾ 'ਤੇ ਵੀ ਰੱਖਿਆ ਔਰ ਇਹ ਬਹੁਤ ਸ਼ਰਮ ਵਾਲੀ ਗੱਲ ਆ ਔਰ ਇਹ ਇੱਕ ਸੱਚੀ ਮੁੱਚ ਜਿਹੜੀ ਗੱਲ ਗੁਰਤੇਜ ਜੀ ਮੈਂ ਇੱਥੇ ਕਹਿਣੀ ਚਾਹੁੰਦਾ ਵੀ ਕਦੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਿੱਖ ਬੰਦੇ ਨੇ ਕਿਸੇ ਵੀ ਹੋਰ ਧਰਮ ਗੁਰੂ ਕਿਸੇ ਪੈਗੰਬਰ ਕਿਸੇ ਦੇਵੀ ਦੇਵਤੇ ਸਾਹਿਬਾਨ ਜਾਂ ਕਿਸੇ ਹੋਰ ਜਿਹੜਾ ਕਿ ਉਹਨਾਂ ਦੇ ਗੁਰੂ ਪੀਰ ਬਾਰੇ ਕੋਈ ਮੰਦੀ ਸ਼ਬਦਾਵਲੀ ਜਾਣ ਬੁੱਝ ਕੇ ਮਿੱਥ ਕੇ ਬੋਲੀ ਹੋਵੇ ਮੈਨੂੰ ਨਹੀਂ ਲੱਗਦਾ ਅੱਜ ਤੱਕ ਸਹੀ ਕਿਸੇ ਸਿੱਖ ਨੇ ਜਾਂ ਕਿਸੇ ਸਿੱਖ ਪ੍ਰਚਾਰਕ ਨੇ ਹਾਂ ਬੋਲਦੇ ਸਮੇਂ ਕਤੇ ਜਾਣੇ ਅਣਜਾਣੇ ਦੇ ਵਿੱਚ ਕੋਈ ਸ਼ਬਦਾਂ ਦੀ ਵਾਧ ਘਾਟ ਹੋ ਗਈ ਹੋਵੇ ਤੇ ਉਹਦੀ ਸਿੱਖਾਂ ਨੇ ਮਾਫ਼ੀ ਜ਼ਰੂਰ ਮੰਗੀ ਕਿਉਂਕਿ ਸਾਨੂੰ ਤਾਂ ਸਿਖਾਇਆ ਹੀ ਨਹੀਂ ਗਿਆ ਹੈ ਪਰ ਇਹ ਬੰਦੇ ਜਿਹੜੇ ਜਾਣ ਬੁੱਝ ਕੇ ਇੱਕ ਨਹੀਂ ਗਾ ਲਗਾਤਾਰ ਪਹਿਲਾਂ ਇਸ ਤਰ੍ਹਾਂ ਦੀ ਗੱਲਬਾਤ ਕਰਨਗੇ ਹੁਣ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਉੱਥੇ ਧਰਨਾ ਤੱਕ ਹੋ ਗਿਆ ਕੀ ਕੁਛ ਹੋ ਗਿਆ ਫਿਰ ਪੁਲਿਸ ਇਹਨਾਂ ਨੂੰ ਸਿਕਿਉਰਿਟੀ ਦਿੰਦੀ ਹੈ ਨਾ ਇਹ ਪਿਛਲੇ ਦਿਨ ਇਮਾਮ ਹੈਗੇ ਆ ਜਿਹੜੇ ਲੁਧਿਆਣੇ ਦੇ ਉਹ ਵੀ ਇੱਕ ਨਿੱਜੀ ਚੈਨਲ 'ਚ ਗੱਲਬਾਤ ਕਰਦੇ ਸੀ ਉਹ ਕਹਿੰਦੇ ਵੀ ਬੇਅਦਬੀਆਂ ਪੰਜਾਬ 'ਚ ਜਾਂ ਇੰਡੀਆ 'ਚ ਕਿਉਂ ਹੁੰਦੀਆਂ ਕਿਉਂਕਿ ਇੱਥੇ ਰਿਵਾਜ ਉਲਟਾ ਬੇਅਦਬੀ ਕਰੋ ਸਿਕਿਉਰਿਟੀ ਲਵੋ ਬੇਅਦਬੀ ਕਰੋ ਥੋੜ੍ਹਾ ਜਿਹਾ ਪਰਚਾ 295 ਉਦੋਂ ਬਾਅਦ ਰਿਪੋਰਟਾਂ ਦਿਖਾਓ ਮੈਂਟਲੀ ਅਪਸੈਟ ਦੀ ਕਿਹੜਾ ਕਿਤੇ ਉਹਦਾ ਸਮਾਨ 'ਚੋਂ ਰਿਪੋਰਟ ਉਤਰਨੀ ਹੈ ਜਿਹੜੇ ਮਰਜ਼ੀ ਤੁਸੀਂ ਡਾਕਟਰ ਤੋਂ ਜਾ ਕੇ MBBS ਤੋਂ ਕੈਮਡੀ ਤੋਂ ਜਾ ਕੇ ਰਿਪੋਰਟ ਬਣਵਾ ਲਓ ਮੈਂ ਜਾ ਕੇ ਉਲਟੀਆਂ ਪੁਲਟੀਆਂ ਗੱਲਾਂ ਕਰਾਂ ਮੈਂ ਕਹਾਂ ਜੀ ਮੈਨੂੰ ਸਮਝ ਨਹੀਂ ਲੱਗਦੀ ਉਹ ਘੰਟਾ ਟੈਸਟ ਲੈਣਗੇ ਠੀਕ ਹੈ ਨਾ ਉਹ ਬੋਲਦੇ ਆ ਸਵਾਲ ਕਰਦੇ ਆ ਤੈਨੂੰ ਆਹ ਪਤਾ ਤੈਨੂੰ ਆਹ ਪਤਾ ਜਾਣ ਕੇ ਪੁੱਠੇ ਸਿੱਧੇ ਜਵਾਬ ਦੇ ਦਿਓ ਅਗਲਾ ਕਹਿ ਦੂ ਬਾਈ ਜੀ ਮੈਂਟਲੀ ਠੀਕ ਨਹੀਂ ਗਾ ਇਹ 'ਚ ਕੀ ਹੈ ਇਹ ਕੀ ਸਰਟੀਫਿਕੇਟ ਹੋ ਗਿਆ ਵੀ ਮੈਂਟਲੀ ਅਪਸੈਟ ਦਾ ਬੰਦਾ ਬੇਅਦਬੀ ਕਰ ਦੂਗਾ ਔਰ ਲਗਾਤਾਰ ਬੇਅਦਬੀਆਂ ਹੋ ਰਹੀਆਂ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਉਹਦੀ ਵੀ ਇੱਥੇ ਜਿੰਨਾ ਚਿਰ ਦੋਸ਼ੀਆਂ ਨੂੰ ਸਜ਼ਾ ਜਿਹੜੀ ਹੈ ਉਹ ਸਖ਼ਤ ਨਹੀਂ ਦਿੱਤੀ ਜਾਂਦੀ ਕਹਿੰਦੇ ਵੀ ਅਰਬ ਕੰਟਰੀਆਂ ਦੀ ਉਹਨਾਂ ਨੇ ਹਵਾਲਾ ਦਿੱਤਾ ਕਹਿੰਦੇ ਦੇਖੋ ਉੱਥੇ ਕੋਈ ਬੇਅਦਬੀ ਨਹੀਂ ਕਰਦਾ ਕਿਸੇ ਹੋਰ ਗ੍ਰੰਥ ਦੀ ਨਹੀਂ ਕਰਦਾ ਉਹਨਾਂ ਦੀ ਤਾਂ ਕੀ ਕਰਨੀ ਜਿਨ੍ਹਾਂ ਦੇ ਸਿਰ 'ਤੇ ਉਹ ਦੇਸ਼ਾਂ ਦੀ ਹੋਂਦ ਆ ਤਾਂ ਇੱਥੇ ਜੇ ਇਸ ਦੇਸ਼ ਦੀ ਹੋਂਦ ਜਿਸ ਗ੍ਰੰਥ ਕਰਕੇ ਹੈ ਜਿਸ ਕੌਮ ਕਰਕੇ ਹੈ ਉਹਨਾਂ ਦੀ ਰੋਜ਼ਾਨਾ ਬੇਅਦਬੀ ਜਾਣ ਬੁੱਝ ਕੇ ਮਿੱਥ ਕੇ ਕੀਤੀ ਜਾ ਰਹੀ ਕਿਉਂਕਿ ਕਾਨੂੰਨ ਦੇ ਵਿੱਚ ਚੋਰ ਮੋਰੀਆਂ ਨੇ ਕੋਈ ਸਖ਼ਤ ਧਾਰਾ ਨਹੀਂ ਹੈਗੀ ਤਾਂ ਕਰਕੇ ਇਹ ਸਭ ਕੁਛ ਹੋ ਰਿਹਾ ਜੀ ਜਸਵੀਰ ਸਿੰਘ ਜੀ
ਚਰਨ ਪਾਉਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਆਪਾਂ ਕੱਲ੍ਹ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।